ਅੱਜ ਮਿਤੀ 24 ਜਨਵਰੀ 2022 ਦਿਨ ਸੋਮਵਾਰ ਗੁਰਦੁਆਰਾ ਸ਼ਹੀਦ ਸਿੰਘਾਂ ਵੱਡਾ ਘੱਲੂਘਾਰਾ ਸਾਹਿਬ ਕੁੱਪ ਕਲਾਂ ਦੇ ਮੁਖੀ ਸੰਤ ਬਾਬਾ ਜੰਗ ਸਿੰਘ ਜੀ ਨੇ ਆਉਣ ਵਾਲੇ ਸਾਲਾਨਾ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ। ਮਿਤੀ 1 ਫਰਵਰੀ ਤੋਂ 7 ਫਰਵਰੀ 2022 ਤੱਕ ਦੇ ਸਮਾਗਮ ਵਿੱਚ ਸੰਗਤਾਂ ਨੂੰ ਆਉਣ ਦੀ ਅਪੀਲ ਕੀਤੀ ਅਤੇ ਚੱਲ ਰਹੀ ਕਰੋਨਾ ਦੀ ਬਿਮਾਰੀ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ। ਸਾਡੇ ਪੱਤਰਕਾਰ ਪ੍ਰਵਿੰਦਰ ਸਿੰਘ ਦੇ ਨਾਲ ਸਮਾਗਮ ਦੀ ਜਾਣਕਾਰੀ ਸਾਂਝੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਵਾਰੀ ਸਾਧ ਸੰਗਤ ਜੀ, ਅਸੀਂ ਗੁਰਦੁਆਰਾ ਸਾਹਿਬ ਸ਼ਹੀਦ ਸਿੰਘਾਂ ਯਾਦਗਾਰ ਵੱਡਾ ਘੱਲੂਘਾਰਾ ਜੋਗੀ ਮਾਜਰਾ ਰੋਡ ਕੁੱਪ ਕਲਾਂ ਤੋਂ ਬੋਲਦੇ ਹਾਂ। ਦਾਸ ਮੁੱਖ ਸੇਵਾਦਾਰ, ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਹਰ ਸਾਲ ਦੀ ਤਰ੍ਹਾਂ 35,000 ਸਿੰਘਾਂ ਸਿੰਘਣੀਆਂ ਬੀਬੀਆਂ ਬੱਚਿਆਂ ਦੀ ਜੋ ਆਪਾਂ ਕੋਤਰੀ ਸਮਾਗਮ ਕਰਦੇ ਹਾਂ, ਜੋ 1 ਫਰਵਰੀ ਤੋਂ 7 ਫਰਵਰੀ ਤੱਕ ਭੰਡਾਰੇ ਚੱਲਦੇ ਨੇ ਅਖੰਡ ਪਾਠਾਂ ਦੀਆਂ ਲੜੀਆਂ, ਜਿਨ੍ਹਾਂ ਦੀ ਸਮਾਪਤੀ 13 ਮਾਰਚ ਦਸਵੀਂ ਵਾਲੇ ਦਿਨ ਹੋਣੀ ਹੈ। ਸਾਰੀਆਂ ਸੰਗਤਾਂ ਨੂੰ, ਮਹਾਂਪੁਰਖਾਂ ਨੂੰ, ਸੰਪ੍ਰਦਾਵਾਂ ਟਕਸਾਲਾਂ ਮਹਾਂਪੁਰਖਾਂ ਨੂੰ, ਸੇਵਾਦਾਰਾਂ ਨੂੰ ਬੇਨਤੀ ਕਰਦਾ ਦਾਸ, ਸਾਰਿਆਂ ਨੇ ਗੁਰਮੁਖ ਪਿਆਰਿਓ ਸੇਵਾ ਕਰਕੇ ਤਨ ਮਨ ਧਰਨਾ ਰਾਜਤਾਂ ਬਾਜਤਾਂ ਭੰਡਾਰਿਆਂ ਵਿੱਚ ਪਾ ਕੇ ਅਖੰਡ ਪਾਠਾਂ ਦੇ ਲੜੀਆਂ ਦੀ ਸੇਵਾ ਹੋ ਰਹੀਆਂ ਦੇਸ਼ਾਂ ਪ੍ਰਦੇਸ਼ਾਂ ਵਿੱਚੋਂ, ਨਾਲ ਸੰਤ ਬਾਬਾ ਰਾਜ ਸਿੰਘ ਜੀ, ਰਾਜੂ ਲੌਟ ਵਾਲੇ, ਸੇਵਕ ਟੀ ਵੀ, ਸਤਿ ਕਰਤਾਰ, ਇਹ ਚੈਨਲ ਵਾਲੇ ਜੋ ਬਹੁਤ ਹੀ ਵੱਡਾ ਸਹਿਯੋਗ ਦੇ ਰਹੇ ਨੇ, ਸੇਵਕ ਟੀ ਵੀ ਵਾਲੇ, ਇਹਨਾਂ ਨੂੰ ਲਾਈਵ ਚਲਾਵਾਂਗੇ ਅਸੀਂ 5, 6, 7 ਫਰਵਰੀ ਨੂੰ। ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਵੀਰ ਟਾਈਮ ਨਾਲ 7 ਦਿਨ ਸੇਵਾ ਕਰਕੇ 35,000 ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਸੇਵਾ ਕਰਕੇ ਆਪਦਾ ਜੀਵਨ ਸਫਲ ਕਰਨਾ। ਦੂਸਰੀ ਬੇਨਤੀ ਦਾਸ ਕਰਦਾ ਹੈ, 30, 31 ਜਨਵਰੀ, 1 ਫਰਵਰੀ 20ਵੀਂ ਸਦੀ ਦੇ ਅਵਤਾਰ 111 ਸੱਚਖੰਡ ਵਾਸੀ ਸੰਤ ਬਾਬਾ ਅਤਰ ਸਿੰਘ ਜੀ ਮਾਜਤੋਣਾ ਸਾਹਿਬ ਵਾਲਿਆਂ ਦੀ 95ਵੀਂ ਬਰਸੀ ਜੋ ਮੂਹਰੇ ਆ ਰਹੀ ਹੈ, ਉੱਥੇ ਵੀ ਸਾਰੇ ਮਹਾਂਪੁਰਖਾਂ ਨੇ ਸੰਪ੍ਰਦਾਇ ਮਾਜਤੋਣਾ ਵੱਲੋਂ ਦਾਸ 10ਵੇਂ ਮੁਖੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਰਿਆਂ ਨੇ ਪਹੁੰਚ ਕੇ ਮਹਾਂਪੁਰਖਾਂ ਦੀਆਂ ਖੁਸ਼ੀਆਂ ਲੈਣੀਆਂ ਹਨ। ਸੱਚਖੰਡ ਗੀਠਾ ਸਾਹਿਬ ਦੇ ਸਰਪ੍ਰਸਤ ਸੰਤ ਸਰਜੀਤ ਸਿੰਘ, ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ, ਮੀਤ ਪ੍ਰਧਾਨ ਸੰਤ ਸੁਖਵਿੰਦਰ ਸਿੰਘ ਸੋਨੀ, ਸਾਰੇ ਉੱਥੇ ਦੇ ਮਹਿ ਜਿਹੜੇ ਸੇਵਾਦਾਰ ਨੇ ਉਹਨਾਂ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, 30, 31, 1 ਫਰਵਰੀ ਮਾਜਤੋਣਾ ਸਾਹਿਬ, 1 ਤੋਂ 7 ਫਰਵਰੀ, 5, 6, 7 ਫਰਵਰੀ ਇਹ ਮੇਨ ਦਿਨ ਨੇ। 6 ਫਰਵਰੀ ਦਿਨ ਐਤਵਾਰ ਨੂੰ ਸਵਰਗਵਾਸੀ ਸੰਤ ਬਾਬਾ ਰੋਦਾ ਸਿੰਘ ਜੀ ਵੈਦ, ਉਹਨਾਂ ਦੀ ਵਰਸੀ ਮਨਾਈ ਜਾਣੀ ਹੈ। ਸਾਰਿਆਂ ਨੇ ਇਹਨਾਂ ਸਮਾਗਮਾਂ ਵਿੱਚ ਆ ਕੇ ਆਪਣੀਆਂ ਹਾਜ਼ਰੀਆਂ ਲਵਾ ਕੇ ਖੁਸ਼ੀਆਂ ਲੈਣੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ।